ਕੀ ਹਾਲੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਖੈਰ ਕਰਿਓਤ ਨਾਲ ਹੋਵਗੇ ਅੱਲਾਹ ਤਾਲਾ ਤੁਹਾਨੂੰ ਖੁਸ਼ ਤੇ ਆਬਾਦ ਰੱਖੇ ਅੱਜ ਮੇਰਾ ਫਸਟ ਵਲੌਗ ਹੈ ਜੀ ਤੇ ਮੈਂ ਆਪਣੇ ਵਲੌਗ ਦੇ ਵਿੱਚ ਕਰਾਂਗੀ ਡਰਾਮੇ ਬਾਰੇ ਡਿਸਕਸ ਅੱਜ ਦਾ ਡਰਾਮਾ ਜਿਹੜਾ ਨਾ ਜਿੰਦੇ ਬਾਰੇ ਮੈਂ ਡਿਸਕਸ ਕਰਾਂਗੀ ਤੇ ਰਿਵਿਊ ਕਰਾਂਗੀ ਉਹ ਡਰਾਮਾ ਬਿਸਮਿਲ ਬਿਸਮਿਲ ਤੁਸੀਂ ਵੇਖਦੇ ਹੀ ਹੋਵੋਗੇ ਕਿੰਨਾ ਬੁਰਾ ਹਸ਼ਰ ਹੋਇਆ ਵਿਚਾਰੇ ਮੂਸਾ ਦਾ ਉਹਦੇ ਨਾਲ ਕੀ ਹੋਇਆ ਬੜਾ ਹੀ ਦੁੱਖ ਹੋਇਆ ਤੇ ਵਲੌਗ ਮੇਰਾ ਪੂਰਾ ਵੇਖਿਆ ਜੇ ਵਲੌਗ ਜਿਹੜਾ ਨਾ ਅੱਜ ਮੈਂ ਕਰਾਂਗੀ ਤੇ ਨਾਲ ਜਿਹੜਾ ਮੈਂ ਡਰਾਮਿਆਂ ਦਾ ਰਿਵਿਊ ਵੀ ਕਰਾਂਗੀ ਤੇ ਮੈਂ ਤੁਹਾਡੇ ਲਈ ਬੜੀਆਂ ਜ਼ਬਰਦਸਤ ਵੀਡੀਓਜ਼ ਬਣਾ ਰਹੀ ਜੇ ਤੇ ਮੇਰੀ ਹਰ ਵੀਡੀਓ ਦੇਖਿਆ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਲਦੀ ਦੇ ਨਾਲ ਤੇ ਨਾਲੇ ਤੁਹਾਨੂੰ ਮੈਂ ਦੱਸਾਂ ਕਿ ਮੈਂ ਆਪਣੇ YouTube ਚੈਨਲ ਤੇ ਐਸੇ ਤਰ੍ਹਾਂ ਡਰਾਮਿਆਂ ਦੇ ਰਿਵਿਊ ਕਰਾਂਗੀ ਵਲੌਗ ਦੇ ਨਾਲ ਜਿੰਦੇ ਜੇ ਤੁਹਾਨੂੰ ਮੇਰੀ ਜਿਹੜੀ ਪਰਸਨਲ ਲਾਈਫ ਦਾ ਟੱਚ ਵੀ ਨਜ਼ਰ ਆਏਗਾ ਵਲੌਗਿੰਗ ਕਰਾਂਗੀ ਤੇ ਨਾਲ ਜਿਹੜਾ ਹੈ ਨਾ ਮੈਂ ਡਰਾਮਿਆਂ ਦਾ ਰਿਵਿਊ ਵੀ ਕਰਾਂਗੀ ਤੇ ਵੀਡੀਓ ਨੂੰ ਕੰਪਲੀਟ ਵੇਖਣਾ ਤੇ ਨਾਲੇ ਤੁਸੀਂ ਆਪਣਾ ਫੀਡਬੈਕ ਵੀ ਕਮੈਂਟ ਵਿੱਚ ਜ਼ਰੂਰ ਦੇਣਾ ਕਿ ਤੁਸੀਂ ਤੁਹਾਡਾ ਕੀ ਖਿਆਲ ਹੈ ਤੇ ਅੱਜ ਦਾ ਜਿਹੜਾ ਡਰਾਮਾ ਹੈ ਨਾ ਡਰਾਮੇ ਮੈਂ ਬੜੀ ਦੇਰ ਤੱਕ ਛੱਡ ਹੋਇਆ ਨਾ ਜਿਦੋਂ ਦਾ ਜਿਦੋਂ ਦਾ ਹੋਇਆ ਨਾ ਜਾਨ ਨੀਸਾਰ ਖਤਮ ਡਰਾਮਾ ਜਿਦੋਂ ਦਾ ਜਾਨ ਨੀਸਾਰ ਡਰਾਮਾ ਖਤਮ ਹੋਇਆ ਨਾ ਉਦੋਂ ਦਾ ਮੇਰਾ ਦਿਲ ਹੀ ਨਹੀਂ ਕੀਤਾ ਕਿ ਮੈਂ ਡਰਾਮਾ ਵੇਖਾਂ ਕੋਈ ਜਾਨ ਨੀਸਾਰ ਦੇ ਐਂਡ ਤੇ ਜ਼ਰਾ ਮਜ਼ਾ ਨਹੀਂ ਆਇਆ ਐਂਡ ਉਹਨਾਂ ਨੇ ਜਲਦੀ ਜਲਦੀ ਬਸ ਲੰਗਾ ਆ ਦਿੱਤਾ ਕਿ ਡਰਾਮੇ ਦਾ ਐਂਡ ਜਿਹੜਾ ਨਾ ਉਹ ਮਜ਼ਾ ਨਹੀਂ ਆਇਆ ਥੜਾ ਦਹਾਨਦੇ ਨੇ ਸਹੀ ਕਿਸੇ ਤਰੀਕੇ ਦੇ ਨਾਲ ਕਿ ਜਿਸ ਤਰ੍ਹਾਂ ਦਹਾਨਾ ਚਾਹੀਦਾ ਐ ਨਹੀਂ ਇੰਨੀਆਂ ਅਸੀਂ ਐਪੀਸੋਡ ਦੇਖ ਲਈਆਂ ਹੁੰਦੀਆਂ ਤੇ ਵਿੱਚ ਫਾਇਦਾ ਕੀ ਹੋਇਆ ਜੇ ਐਂਡ ਦੀ ਐਂਡ ਦੀ ਜਈ ਕਿਸ਼ਤੇ ਹੁੰਦੇ ਸੀ ਮਜ਼ਾ ਨਾ ਆਇਆ ਤੇ ਕੀ ਫਾਇਦਾ ਤੇ ਅੱਜ ਦਾ ਜਿਹੜਾ ਡਰਾਮਾ ਜਿੱਦਾਂ ਬਿਸਮਿਲ ਬੜਾ ਹੀ ਅੱਛਾ ਜਾ ਰਿਹਾ ਤੇ ਮੈਂ ਵੀ ਉਹਨੂੰ ਦੇਖਿਆ ਐ ਅੱਛਾ ਡਰਾਮਾ ਐ ਲੇਕਿਨ ਪਹਿਲੇ ਮੈਂ ਸ਼ੁਰੂ ਵਾਲੀਆਂ ਕਿਸ਼ਤਾਂ ਨਹੀਂ ਵੇਖੀਆਂ ਹੋਣ ਮੈਂ ਐਂ ਦੀ ਪਿਛਲੀ ਕਿਸ਼ਤ ਵੇਖੀ ਐ ਤੇ ਬੜੀ ਅੱਛੀ ਲੱਗੀ ਮੈਨੂੰ ਮੈਂ ਤੇ ਇਮੋਸ਼ਨਲੀ ਹੋ ਗਈ ਉਹਨੂੰ ਦੇਖ ਕੇ ਜਿੰਦੇ ਐ ਤੇ ਜਿਹੜਾ موسی ਨੇ ਨਾ ਆਪਣੇ ਆਪ ਦੀ ਜਾਨ ਹੀ ਲੱਲੀ ਆਪਣੀ ਬੜਾ ਬੁਰਾ ਹਸ਼ਰ ਕੀਤਾ ਹੁੰਦਾ ਤੇ ਚਲੋ ਬਾਕ ਮੈਂ ਵੀਡੀਓ ਬਣਾ ਲੂੰ ਤੇ ਜੇ موسی ਨੇ ਜਿਹੜਾ ਡਰਾਮੇ ਚ ਨਾ ਆਪਣੇ ਨਾਲ ਬਹੁਤ ਵੱਡੀ ਬੇਵਫਾਈ ਕੀਤੀ ਹੈ ਮੈਨੂੰ ਨਹੀਂ ਸੀ ਪਤਾ ਕਿ ਵਿਚਾਰਾ ਐਡਾ ਕਮਜ਼ੋਰ ਨਿਕਲੇਗਾ ਚਲੋ ਮੰਨਿਆ ਹੋ ਜਾਂਦੇ ਬੰਦਿਆਂ ਕੋਲੋਂ ਗਲਤੀਆਂ ਬੰਦੇ ਅਕਸਰ ਆਂਦੀਆਂ ਗੁਡੀਆਂ ਦੇ ਚਾਂਸਿਆਂ ਚ ਆ ਜਾਂਦੇ ਨੇ ਕੀ ਕਹਿਣਾ ਚਾਹੀਦਾ ਇਹ ਮੇਰੇ ਖਿਆਲ ਚ ਕਹਿੰਦੇ ਨੇ ਕਿ ਗੁਡੀਆਂ ਦੇ ਚਾਂਸਿਆਂ ਚ ਆ ਜਾਂਦੇ ਨੇ ਤੇ ਆਪਣੇ ਘਰ ਖਰਾਬ ਕਰ ਲੈਂਦੇ ਨੇ ਔਲਾਦ ਵੀ ਉਹਨਾਂ ਨੂੰ ਭੁੱਲ ਜਾਂਦੀ ਏ ਤੇ موسی ਜਿਹੜਾ ਨਾ ਉਹਨੂੰ ਇੰਨਾ ਕਮਜ਼ੋਰ ਨਹੀਂ ਦਿਖਾਉਣਾ ਚਾਹੀਦਾ ਸੀ ਕਿ ਉਹ ਆਪਣੇ ਨਾਲ ਇੰਜ ਕਰਦਾ ਥੋੜਾ ਉਹਨੂੰ ਉਹਦੇ ਕੈਰੈਕਟਰ ਨੂੰ ਦਿਖਾਉਣਾ ਚਾਹੀਦਾ ਸੀ ਥੋੜਾ ਬਰੇਵ ਬੰਦਾ ਤੇ ਆਪਣੀ ਮਾਂ ਦਾ ਸਾਥ ਦੇਂਦਾ ਆਪਣੀ ਮਾਂ ਦਾ ਸਹਾਰਾ ਬੰਦਾ ਲੇਕਿਨ ਉਹਦੇ ਮਾਂ ਵਿਚਾਰੀ ਨੂੰ ਕੱਲਾ ਛੱਡ ਕੇ ਤੇ ਚਲਾ ਗਿਆ ਇਸ ਦੁਨੀਆ ਚੋਂ ਤੇ ਯਕੀਨ ਕਰੋ ਆ ਸੀਨ ਦੇਖ ਕੇ ਮੈਨੂੰ ਬੜਾ ਹੀ ਰੋਣਾ ਆਇਆ ਮੈਂ ਬੜੀ ਜਲਦੀ ਮੈਂ ਬੜੇ ਕਮਜ਼ੋਰ ਦਿਲ ਦੀ ਹਾਂ ਬੜੀ ਜਲਦੀ ਮੈਨੂੰ ਰੋਣਾ ਆ ਜਾਂਦਾ ਹੈ इमोशनल ਚੀਜ਼ਾਂ ਵੇਖ ਕੇ ਨਾ ਮੈਂ ਬੜੀ ਇਮੋਸ਼ਨਲ ਹੋ ਜਾਂਦੀ ਹਾਂ ਇਮੋਸ਼ਨਲ ਹੋ ਜਾਂਦੀ ਹਾਂ ਤੇ ਤੁਸੀਂ ਦੱਸੋ ਤੁਹਾਨੂੰ ਰੋਣਾ ਆਇਆ ਕਿ ਨਹੀਂ ਇਹ ਕਮੈਂਟ ਦੇ ਥੱਲੇ ਦੇ ਕਮੈਂਟਸ ਹੈ ਨਾ ਉਹਦੇ ਵਿੱਚ ਲਿਖ ਕੇ ਮੈਨੂੰ ਦੱਸੋ ਕਿ ਤੁਹਾਨੂੰ ਰੋਣਾ ਆਇਆ ਕਿ ਨਹੀਂ ਇਹ ਸੀਨ ਦੇਖ ਕੇ ਮੈਂ ਤਾਂ ਬੜੀ ਇਮੋਸ਼ਨਲ ਹੋ ਗਈ ਸੀ ਤੇ ਜੀ ਦੂਸਰੀ ਗੱਲ ਹੈ ਕਿ ਮਸੂਮਾ ਦਾ ਜਿਹੜਾ ਨਾ ਉਹਨਾਂ ਅਗਲੀ ਕਿਸ਼ਤ ਵਿੱਚ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਬੜਾ ਬੁਰਾ ਹੋਣਾ ਹੈ ਜਿਹੜੀ ਮਸੂਮਾ ਹੈ ਨਾ ਐਵੇਂ ਦੀ ਕੁੜੀਆਂ ਦਾ ਬੁਰਾ ਹਾਲਾਤ ਹੀ ਹੁੰਦਾ ਜਿਹੜਾ ਦੂਸਰਾ ਅਧਿਕਾਰ ਖਰਾਬ ਕਰਦੀਆਂ ਤੇ ਮਸੂਮਾ ਦਾ ਹੰਡ ਪੈੜਾ ਹੀ ਏ ਹੁਣ ਮਸੂਮਾ ਨੂੰ ਮੈਨੂੰ ਲੱਗਦਾ ਕਿ ਅਗਲੀ ਕਿਸ਼ਤੇ ਜਿਹੜਾ ਨਾ ਉਹਨੇ ਤਲਾਕ ਦੇ ਦੇਣੀ ਏ ਤੇ ਤੁਸੀਂ ਦੱਸਣਾ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਅਗਲੀ ਕਿਸ਼ਤੇ ਤਲਾਕ ਦੇਏਗਾ ਕਿ ਨਹੀਂ ਕਿ ਮਸੂਮਾ ਨੂੰ ਰੱਖੇਗਾ ਕਿ ਛੱਡ ਦੇਗਾ ਜਿੱਥੋਂ ਤੱਕ ਮੇਰਾ ਪਿਆਰ ਏ ਨਾ ਮਸੂਮਾ ਨੂੰ ਉਹਨੇ ਦੇਣਾ ਛੱਡ ਤੇ ਜਿਹੜੀ ਪਹਿਲੀ ਬੁੱਢੀ ਵਿਚਾਰੇ ਦੀ موسی ਦੀ ਮਾਂ ਉਹ ਵਿਚਾਰੀ ਤੇ ਮਰੀ ਮੁੱਕੀ ਪਈ ਏ ਉਹ ਹੁੰਦਾ ਬੰਧਾ ਨੂੰ ਆਂਦਾ ਵੀ ਆਉਂਦੇ ਕੋਲ ਤੇ ਉਹ ਕਹਿੰਦੀ ਹੈ ਕਿ ਨਹੀਂ ਮੈਂ ਤੇ ਮਰੀ ਪਈ ਆ ਤੇ ਤੂੰ ਹਲੇ ਦਿੰਦਾ ਕਿਵੇਂ ਮੈਂ ਤੇ ਦੇਖੋ ਅਗਲੀ ਕਿਸ ਤੇ ਕੀ ਹੁੰਦਾ ਉਹ ਵਿਚਾਰੀ ਦਾ ਜਿੱਥੋਂ ਤੱਕ ਮੇਰਾ ਖਿਆਲ ਹੈ ਉਹਨਦੇ ਚਿੱਤ ਬਿਲਕੁਲ ਹੀ ਜਾਨ ਹੀ ਨਹੀਂ ਰਹਿ ਗਈ ਉਹ ਨਾਲ ਆਪਣੇ ਆਪ ਤੇ ਖਤਮ ਹੋ ਗਈ ਹੈ ਤੇ موسی ਦਾ ਜਿਹੜਾ ਪਿਓ ਹੈ ਤੂੰ ਕੀ ਉਹ ਵੀ ਵਿਚਾਰਾ ਬਸ ਆਪਣੇ ਆਪ ਤੇ ਮਰਿਆ ਹੀ ਪਿਆ ਹੈ ਆਪਣੀ ਗਲਤੀ ਤੇ ਬੜਾ ਸ਼ਰਮਿੰਦਾ ਵੀ ਹੈ ਕਿਹੋਂ ਦੀ ਵਜ੍ਹਾ ਤੂੰ ਜਿਹੜਾ ਉਹਨ ਦਾ ਪੁੱਤਰ ਚਲਾ ਗਿਆ ਉਹਨ ਛੱਡ ਕੇ ਜਿਹੜਾ ਇਕਲੌਤਾ ਉਹਨਾਂ ਦਾ ਮੁੰਡਾ ਸੀ ਉਹ ਛੱਡ ਕੇ ਚਲਾ ਗਿਆ ਤੇ ਉਹ ਵਿਚਾਰੀ ਕੁੜੀ ਦਾ ਵੀ ਕੀ ਕਸੂਰ ਆਂਦਾ ਪਿਓ ਤੇ ਉਹਨੂੰ ਠੀਕ ਕਹਿ ਰਿਹਾ ਜਿਹੜਾ موسی ਦੀ ਮੰਗੇਤਰ ਸੀ ਨਾ ਉਹਦਾ ਪਿਓ ਉਹਨੂੰ ਠੀਕ ਕਹਿ ਰਿਹਾ ਕਿ موسی ਜਿਹੜਾ ਹੈ ਨਾ ਉਹ ਕਮਜ਼ੋਰ ਸੀ ਉਹ ਸ਼ਾਦੀ ਤੋਂ ਬਾਅਦ ਵੀ ਉਹਨੇ ਕਮਜ਼ੋਰੀ ਰਹਿਣਾ ਸੀ ਤੇ ਬਹਰ ਕੁੜੀ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੀ ਹੈ ਅਸਲ ਜ਼ਿੰਮੇਵਾਰ ਹੈ ਕੌਣ ਹੋਂਦਾ ਅਸਲ ਜ਼ਿੰਮੇਦਾਰ ਕੌਣ ਹੈ ਪਿਓ ਦੀ ਗਲਤੀ ਹੈ ਨਾ ਜਿਸ ਨੇ ਘਰ ਖਰਾਬ ਕੀਤਾ ਪੁੱਤਰ ਦੀ ਗੱਲ ਨਾ ਮੰਨੀ ਚਲੋ ਆਪਣੀ ਬੁੱਢੀ ਬੱਚੇ ਬੱਚਿਆਂ ਵਾਸਤੇ ਬੰਦਾ ਬੜਾ ਕੁਝ ਕਰਦਾ ਹੈ ਸਾਰੀ ਜ਼ਿੰਦਗੀ ਲਾ ਛੱਡੀ ਚਲੋ ਆਪਣੀ ਬੁੱਢੀ ਬੱਚੇ ਦਾ ਖਿਆਲ ਕਰ ਲੈਂਦਾ ਬੁੱਢੀ ਦਾਣੀ ਚਲੋ ਬੱਚਿਆਂ ਵਾਸਤੇ ਬੰਦਾ ਸੈਕਰੀਫਾਈਜ਼ ਕਰ ਲੈਂਦਾ ਪਰ ਬੰਦੇ ਜਿਹੜਾ ਨਾ ਬੜੀ ਮੁਸ਼ਕਿਲ ਸੈਕਰੀਫਾਈਜ਼ ਕਰਦੇ ਨੇ ਬੁੱਢੀਆਂ ਜਿਹੜੀਆਂ ਉਹ ਫਿਰ ਵਿਚਾਰੀਆਂ ਕਰ ਲੈਂਦੀਆਂ ਹੁਣ ਬੰਦੇ ਆਂਦੇ ਤੇ ਕੁਝ ਨਹੀਂ ਹੋ ਸਕਦਾ ਚਲੋ ਐਸੇ ਅਗਰ ਜਿੰਨੇ ਜਿਹੜੇ ਬੰਦੇ ਹੋਣ ਨਾ ਤੇ ਫਿਰ ਬੁੱਢੀ ਨੂੰ ਤੇ ਬੱਚਿਆਂ ਨੂੰ ਨਾ ਆਪ ਹੀ ਜਿਹੜਾ ਨਾ ਸਟਰੋਂਗ ਹੈ ਸੀ ਉਹ ਕਿਹੜਾ ਕਮਜ਼ੋਰ ਸੀ ਤੇ ਮੈਨੇਜ ਕਰ ਲੈਂਦੇ ਆਪਣੇ ਆਪ ਨੂੰ ਸੰਭਾਲਦੇ ਕਿਤੇ ਹੋਰ ਚਲੇ ਜਾਂਦੇ ਬੱਚੇ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੀ ਹਸੀ ਖੁਸ਼ੀ ਤੇ ਮੈਂ ਤੁਹਾਨੂੰ ਦੱਸਾਂ ਕਿ ਅੱਜ ਦਾ ਜਿਹੜਾ ਮੈਂ ਵਲੌਗ ਨਾ ਪੰਜਾਬੀ ਚ ਬਣਾ ਰਹੀ ਆ ਕਿਉਂਕਿ ਮੈਨੂੰ ਲੱਗਾ ਮੇਰੀ ਆਡੀਅੰਸ ਜਿਹੜਾ ਨਾ ਮੇਰਾ ਵਲੌਗ ਦੇਖਣਾ ਪਸੰਦ ਕਰੇਗੀ ਤੁਸੀਂ ਦੱਸੋ ਤੁਹਾਨੂੰ ਪੰਜਾਬੀ ਚ ਮੇਰਾ ਵਲੌਗ ਪਸੰਦ ਆਇਆ ਜਾਂ ਉਰਦੂ ਚ ਮੈਂ ਬਣਾਵਾਂ ਮੈਂ ਇੱਕ ਪੰਜਾਬੀ ਚ ਬਣਾਇਆ ਹੁਣ ਮੈਂ ਇੱਕ ਉਰਦੂ ਚ ਬਣਾਵਾਂਗੀ ਫੇਰ ਕਿndech ਤੁਸੀਂ ਕਹੋਗੇ ਨਾ ਕਿ ਜ਼ਿਆਦਾ ਅੱਛਾ ਹੈ ਤੇ ਮੈਂ ਉਹਦੇ ਚ ਬਣਾਉਣਾ ਸ਼ੁਰੂ ਕਰ ਦਾਂਗੀ ਤੁਸੀਂ ਦੱਸੋ ਮੈਨੂੰ ਕਮੈਂਟਸ ਕਰਕੇ ਕਿ ਤੁਹਾਨੂੰ ਕਿndech ਜ਼ਿਆਦਾ ਅੱਛਾ ਲੱਗਿਆ ਜਮੇਦਾਰੀ ਵੀਉ ਮੈਂ ਪੰਜਾਬੀ ਚ ਕਰਾਂ ਕਿ ਉਰਦੂ ਚ ਕਰਾਂ ਠੀਕ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਤੇ ਅਗਲੀ ਕਿਸ਼ਤ ਵਿੱਚ ਮਿਲਾਂਗੇ ਕਿਸੇ ਹੋਰ ਡਰਾਮੇ ਨਾਲ ਬਹਾਰਾਲ ਜੋ ਹੈ موسی ਨੇ ਕੀਤਾ ਨਾ ਉਹਦਾ ਮੈਨੂੰ ਬੜਾ ਹੀ ਅਫਸੋਸ ਹੋਇਆ ਹੁਣ ਅਗਲੀ ਕਿਸ਼ਤ ਵਿੱਚ ਮਿਲਾਂਗੇ ਕਿਸੇ ਹੋਰ ਡਰਾਮੇ ਤੇ ਰਿਵਿਊ ਲੈ ਕੇ ਇਹ ਆਂਦਾ ਹੀ ਹੋ ਸਕਦਾ ਹੈ ਇਹ ਆਂਦਾ ਹੀ ਹੋਏ ਜਾਂ ਹੋ ਸਕਦਾ ਕਿਸੇ ਹੋਰ ਡਰਾਮਾ ਦਾ ਰਿਵਿਊ ਹੋਏ ਤੇ ਤੁਹਾਨੂੰ ਕਿਹੜਾ ਡਰਾਮਾ ਪਸੰਦ ਹੈ ਅੱਜ ਕੱਲ ਤੁਸੀਂ ਕਿਹੜਾ ਡਰਾਮਾ ਸ਼ੌਕ ਦੇ ਨਾਲ ਵੇਖ ਰਹੇ ਹੋ ਉਹ ਤੁਸੀਂ ਮੈਨੂੰ ਦੱਸਣਾ ਹੈ ਫਿਰ ਮੈਂ ਤੁਹਾਡੇ ਲਈ ਹੋਰ ਡਰਾਮੇ ਦਾ ਰਿਵਿਊ ਲੈ ਕੇ ਆਵਾਂਗੀ ਤੇ ਨੈਕਸਟ ਵੀਡੀਓ ਜੀ ਮਿਲਾਂਗੇ ਉਦੋਂ ਤੱਕ ਇਜਾਜ਼ਤ ਦਿਓ ਅੱਲਾਹ হাফেজ